ਕੀ ਹੋ ਗਿਆ ਭਾਈ ਇੱਧਰ? ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰ, ਥੋੜ੍ਹਾ ਜਿਹਾ ਫਸਲ ਗਿਆ ਰਵਿੰਦਰ ਹੋਣੀ, ਰਵਿੰਦਰ ਸਿੰਘ ਸ਼ੇਰਗਿੱਲ ਔਰ ਫਾਰਮੀ ਸ਼ੇਰਗਿੱਲ। ਅੱਜ ਆਪਾਂ ਕਰਨਾ ਫਿਰ ਪ੍ਰੈਂਕ, ਕਿਉਂਕਿ ਬਹੁਤ ਵੀਰਾਂ ਦਾ ਆਇਆ ਸੀਗਾ ਕਿ ਦੋ ਕੁ ਪ੍ਰੈਂਕ ਕਰੋ, ਪ੍ਰੈਂਕ ਕਰਨਾ ਘੈਂਟ। ਠੀਕ ਆ, ਮਾਈਕ ਮੁਈਕ ਰੈਡੀ ਆ? ਹਾਂਜੀ ਭਾਜੀ, ਬਸ ਠੀਕ ਆ, ਬੰਦਾ ਵੀ ਰੈਡੀ ਆ ਸਾਡਾ ਭਰਾ ਜੱਸਾ। ਸਤਿ ਸ੍ਰੀ ਅਕਾਲ ਪੰਜਾਬੀਓ। ਅੱਜ ਇਹਨੂੰ ਮੋਰੇ ਰੱਖਦੇ ਹੋਏ ਇਹ ਕਹਿੰਦਾ ਮੇਰੇ 'ਚ ਕੀੜਾ ਬਹੁਤ ਆ। ਕਾਹਦਾ ਬਣੀ? ਐਕਟਿੰਗ ਦਾ। ਐਕਟਿੰਗ ਦਾ ਕੀੜਾ ਹੁੰਦਾ ਨਾ ਉਹਦੇ ਅੰਦਰ ਵੜ ਕੇ ਇਕਲੀ ਪਾਉਂਦੇ ਦੋ ਤਿੰਨ। ਇਹ ਹੁਣ ਮੈਂ ਬਹੁਤ ਕੁਝ ਸੋਚਿਆ ਆ ਅਤੇ ਉਹ ਤੁਹਾਡੇ ਸਾਹਮਣੇ ਆਉਣਾ ਆ, ਅਤੇ ਥੋੜ੍ਹਾ ਜਿਹਾ ਕਈ ਵਾਰ ਜੇ ਰੋਟੀ ਖਾਂਦੇ ਆ ਤਾਂ ਰੋਟੀ ਖਾਂਦੇ ਹੋਏ ਆਹ ਪ੍ਰੈਂਕ ਨਾ ਦੇਖਿਓ ਜਾਂ ਬਲੌਗ ਇਹ ਵਾਲਾ ਨਾ ਦੇਖਿਓ, ਕਿਉਂਕਿ ਤੁਹਾਨੂੰ ਹੋਰ ਤਰ੍ਹਾਂ ਲੱਗਣਾ। ਐਸਾ ਹੋਇਆ ਨਹੀਂ ਉਹ ਕਦੇ। ਠੀਕ ਹੈ ਜੀ, ਪਹਿਲਾਂ ਤਾਂ ਇਗਨੋਰ ਮਾਈ ਹਾਲਤ, ਠੀਕ ਹੈ ਜੀ, ਇਗਨੋਰ ਮੇਰੀ ਕਰਿਆ ਹੀ ਕਰੋ ਹਾਲਤ, ਕਿਉਂਕਿ ਅਸੀਂ ਇੰਨੇ ਸੋਹਣੇ ਸੁਨੱਖੇ ਹੈ ਨਹੀਂ ਨਾ ਇੰਨੇ ਰੈਡੀ ਹੋ ਕੇ ਰਹਿੰਦੇ ਹਾਂ ਕਿ ਹਾਂ ਵੀ ਬਲੌਗ ਕਰਨ ਚੱਲੇ ਹਾਂ ਜਾਂ ਪ੍ਰੈਂਕ ਕਰਨ ਚੱਲੇ ਹਾਂ ਸੋਹਣੇ ਬਣ ਕੇ ਚੱਲੀਏ, ਅਤੇ ਉਹ ਛੱਡੋ। ਐਸਾ ਹੋਇਆ ਨਹੀਂ ਉਹ ਕਦੇ। ਮਾਰਾ ਟਰਨ ਮੈਂ ਜਦੇ ਅਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਬੱਲਿਆ, ਆਹੀ ਗੱਲ ਗੱਭਰੂ ਦੀ ਚੰਗੀ ਬੱਲਿਆ। ਪਰਮਾਤਮਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਸਭ ਤੋਂ ਪਹਿਲਾਂ ਤਾਂ ਪ੍ਰੈਂਕ ਆਪਾਂ ਇਹ ਕਰਨਾ ਹੈ ਜੱਸਾ, ਪਜਾਮਾ ਤੇਰੇ ਚਿੱਟੇ ਰੰਗ ਦਾ ਪਾਇਆ ਨਾ? ਹਾਂਜੀ ਬਿਲਕੁਲ ਬੱਚਾ, ਕੋਈ ਚੱਕ ਲਓ ਮਾੜਾ ਜਿਹਾ। ਬਾਕੀ ਮੇਰੇ ਭਰਾ ਜਿਹੜੇ ਭੈਣਾਂ ਦੇਖਦੇ ਆ ਉਹਨਾਂ ਨੂੰ ਮੈਂ ਦੱਸ ਦੇਵਾਂ, ਚਿੱਟੇ ਕਲਰ ਦਾ ਪਜਾਮਾ ਪਾਇਆ। ਆਪਾਂ ਲੈਣੀ ਆ ਕੜੀ, ਕੜੀ ਇਹਦੇ ਬੈਕ ਸਾਈਡ 'ਤੇ ਲਾ ਦੇਣੀ ਆ, ਅਤੇ ਬੈਕ ਸਾਈਡ 'ਤੇ ਕੜੀ ਲਾ ਦੇਣੀ, ਕੋਈ ਚੱਕਰ ਤਾਂ ਨਹੀਂ? ਨਹੀਂ ਬਾਈ, ਕੋਈ ਚੱਕਰ ਨਹੀਂ ਬਾਈ। ਅਤੇ ਬੈਕ ਸਾਈਡ 'ਤੇ ਕੜੀ ਲਾ ਤੀ, ਮਾਈਕ ਤੇਰਾ ਲੱਗਾ ਹੋਣਾ। ਹਾਂਜੀ ਠੀਕ ਹੈ, ਅਤੇ ਤੂੰ ਜਾਣਾ ਜਿੱਦਾਂ ਕੋਈ ਖੜਾ ਆ ਨਾ, ਹਾਂਜੀ, ਉਹਨਾਂ ਨੂੰ ਤੂੰ ਪੁੱਛਣਾ ਇਹਦਾ ਢਿੱਡ ਜਿਹਾ ਫੜ ਕੇ ਆਇਆ, ਦੋਹਰਾ ਦੂਹਰਾ ਜਿਹਾ ਹੋ ਗਿਆ ਨਾ, ਹਾਂਜੀ, ਕਿ ਵਾਸ਼ਰੂਮ ਕਿੱਥੇ ਆ ਜੀ, ਵਾਸ਼ਰੂਮ ਕਿੱਥੇ ਆ, ਉਹਨਾਂ ਨੇ ਜਵਾਬ ਦੇਣਾ ਇੱਦਾਂ ਇੱਦਾਂ ਹੈ ਨਾ। ਹਾਂਜੀ, ਜਦੋਂ ਤੂੰ ਬੈਕ ਮੋੜਨਾ ਉਹਨਾਂ ਦੇ ਰਿਐਕਸ਼ਨ ਦੇਖਣੇ ਆਪਾਂ। ਹਾਂਜੀ, ਉਹ ਤੁਸੀਂ ਕਿਹਾ ਵਿਚਾਰ ਕਰਨੇ ਆ, ਉਹ ਇੱਦਾਂ ਲੱਗਿਆ ਕਿ ਬੱਚੀ ਨਿਕਲ ਗਈ ਆ। ਹਾਂਜੀ ਬਿਲਕੁਲ, ਚਲੋ ਕੜੀ ਲਓ ਪਹਿਲਾਂ, ਕੜੀ ਲੈਣ ਚੱਲਾ ਹੁਣ, ਕੜੀ ਪਹਿਲਾਂ ਲਵਾਂਗੇ। ਸਭ ਤੋਂ ਪਹਿਲਾਂ ਮੇਰਾ ਦਿਮਾਗ ਕੰਮ ਜਿਸ ਤੱਕ ਕਰਦਾ, ਪਹਿਲਾਂ ਜਿਹੜੀ ਭਾਜੀ ਦੀ ਦੁਕਾਨ 'ਤੇ ਚੱਲੀਏ ਉੱਥੇ ਜਾ ਕੇ ਪਹਿਲਾਂ ਉੱਥੇ ਕਰੀਏ, ਬਾਅਦ 'ਚ ਮੋਹਰੇ ਸ਼ਿਵਾਨੀ ਪਾਰਕ ਆ, ਉਹਦੇ ਵਿੱਚ ਬਹੁਤ ਲੋਕ ਬੈਠੇ ਹੋਣੇ, ਉਹਨਾਂ 'ਤੇ ਕਰਦੇ ਹਾਂ। ਅੱਜ ਆਪਾਂ ਦੇਖਣਾ ਕਿ ਕਿੰਨੇ ਕੁ ਲੋਕ ਹੈਲਪ ਕਰਦੇ ਆ ਆਪਣੀ। ਉਹ ਸਾਹਮਣੇ ਨਾ ਜਾਣਾ ਤੂੰ, ਬੰਦੇ ਜਿੱਥੇ ਖੜੇ ਆ ਨਾ ਉੱਥੇ ਦੌਰਾ ਪੈਣ ਦੀ ਐਕਟਿੰਗ ਜੀ ਕਰਨੀ ਆ, ਦੇਖਦੇ ਹੈਲਪ ਕਰਨ ਤੇਰੀ ਕੋਈ ਆਉਂਦਾ ਕਿ ਨਹੀਂ ਆਉਂਦਾ। ਬਿਲਕੁਲ ਬਾਈ, ਠੀਕ ਹੈ, ਜਾਊਂਗਾ ਕਰ ਲੂੰਗਾ। ਹਾਂਜੀ ਹਾਂਜੀ ਭਾਜੀ ਕਰ ਲੂੰਗਾ, ਫਿਰ ਬਾਅਦ 'ਚ ਕਿਹੜੀ ਵਾਲੀ ਬਾਅਦ 'ਚ ਕਰਦੇ, ਪਹਿਲਾਂ ਆਹ ਕਰ। ਹਾਂਜੀ ਚੱਲ ਜਾ ਕੇ ਟਰਾਈ ਕਰ। ਓਕੇ ਭਾਜੀ, ਉੱਤਰ ਉੱਤਰ। ਤੂੰ ਦੱਸ
ਨਹੀਂ 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 ਕੀ ਹੋ ਗਿਆ ਭਾਈ ਇੱਧਰ? ਉਹ ਪਾਣੀ 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 ਨਾ ਪਾਣੀ ਬੰਦੇ ਘੈਂਟ ਸੀਗੇ ਓਦਾਂ ਨਾ, ਜੋ ਮਰਜ਼ੀ ਆ ਯਾਰ, ਬੰਦੇ ਬੜੇ ਘੈਂਟ ਸੀ। ਮੁੰਡਾ ਆਇਆ, ਆਂਟੀ ਵੀ ਆਈ, ਤੇ ਜੱਸੇ ਕਿੱਦਾਂ? ਹਾਂਜੀ ਭਾਈ, ਮੈਂ ਤਾਂ ਜਦੋਂ ਦੇਖਿਆ ਆਏ ਹੈ ਨਾ ਬੰਦੇ, ਮੈਨੂੰ ਹੋ ਗਿਆ ਯਕੀਨ ਵੀ ਆਉਣਾ ਵੀ ਹੈਗੇ ਆ ਬੰਦੇ। ਉਹ ਗੱਲ ਨਾਲੇ ਬਚਾ ਲਿਆ, ਪੰਜਾਬ ਆ ਨਾ, ਦਿੱਲੀ ਵਿੱਚ ਕਹਿ ਦਿੰਦੇ ਇੱਦਾਂ ਕੋਈ ਹੈਲਪ ਕਰਨੀ ਹੁੰਦੀ ਹੈ ਨਾ, ਕਿਸੇ ਨੇ ਨਹੀਂ ਕਰਨੀ ਭਾਈ। ਮੁੰਡਾ ਨੱਠਾ ਆ, ਆ ਨਹੀਂ, ਮੈਂ ਪ੍ਰੈਂਕ ਦੇਖਦਾ ਹੁੰਦਾ ਨਾ, ਉਹ ਮੁੰਡਾ ਆਪਣਾ ਕਿੰਨੀ ਤੇਜ਼ਾ ਨੱਠਾ ਗਿਆ, ਤੇ ਆਂਟੀ ਵੀ ਆ ਗਈ, ਤੇ ਅੰਦਰੋਂ ਵੀ ਆਉਣ ਡੀਆਂ ਲੇਡੀਜ਼ ਹੈ ਨਾ। ਹਾਂਜੀ, ਦੱਸਿਆ ਜਾਂਦਾ ਉਹਨਾਂ ਨੂੰ ਪ੍ਰੈਂਕ ਕਰਦੇ ਜੀ ਭਾਈ? ਨਹੀਂ, ਮੈਂ ਨਹੀਂ ਦੱਸਿਆ, ਕੁੱਟ ਉਹ ਪੈਣੀ ਸੀ ਸਾਰਾ ਜੀ ਦੱਸ ਦਿੰਦਾ। ਹੋਰ ਕੀ ਭਾਈ? ਹਾਂ ਬਿੱਤਰੋ, ਕੜੀ ਤਾਂ ਨਹੀਂ ਮਿਲੀ, ਤੇ ਮਿਲ ਗਈ ਆ ਦਾਲ ਕਾਹਦੀ? ਯੈਲੋ ਦਾਲ ਜਿਹਨੂੰ ਕਹਿੰਦੇ ਆ। ਚੱਲ ਬਈ, ਹੁਣ ਚਿੱਟੇ ਪਜਾਮੇ ਤੋਂ ਯੈਲੋ ਦਾਲ, ਇੱਕ ਕਰਿਆ ਆ ਦੌਰੇ ਪੈ ਨਾਲ, ਬੁੜੀਆਂ ਕੁੜੀਆਂ ਸਾਰੇ ਦੌਰਾ ਇਹਨੇ ਮਾੜਾ ਗਲਤ ਪਵਾਇਆ, ਪਰ ਉਹਦਾ ਘੈਂਟ ਸੀ। ਪਰ ਆਪਾਂ ਚੈੱਕ ਕਰਦੇ ਹੀ ਕੋਈ ਹੈਲਪ ਕਰਦਾ ਕਿ ਨਹੀਂ। ਭਾਜੀ ਦੀ ਦੁਕਾਨ ਆ ਗਈ, ਲਾਗੇ ਬੰਦਾ ਬੰਨੀਆ, ਇਹਨੂੰ ਬੰਦ ਕਰ ਦੇ, ਇਹਨੂੰ ਬੰਦ ਕਰ ਕੇ ਦੱਸਦਾ ਬਈ ਬਹੁਤ ਹੋ ਗਈ। ਮੈਂ ਕਹਿੰਦਾ ਨੇ ਆਹੋ ਤੁਸੀਂ ਦਿਖਾ ਮੈਨੂੰ ਟੱਪੀ ਦੇਖੀ ਮੜੀ। ਆਹੋ ਆਹੋ ਸਹੀ ਹੈ, ਬਹੁਤ ਇਦਾਂ ਕਰਦਾ ਕਰਨਾ ਬਟੇ ਪਈ ਚਾਲ ਗਿਆ। ਉਹ ਕੱਪੜਾ ਭਾਈ ਇਹਨੂੰ ਗੱਡੀ ਫਿਰ ਛੱਡਦਾ ਮੜੀ, ਕੰਮ ਆ ਜੂ ਕਿ ਇੱਥੇ ਪਾ, ਇੱਥੇ ਪਾ, ਕਿਤੇ ਕੰਮ ਆ ਜਾਂਦੀ, ਇੱਥੇ ਮੋਰੇ ਪੈਣਾ। ਲੈ ਵੀ ਮਿੱਤਰੋ, ਹੁਣ ਚੱਲੇ ਆ ਡੁੱਗਲ ਭਾਜੀ ਦੀ ਸ਼ਾਪ ਤੇ। ਲੈ ਵੀ ਭਾਜੀ ਹੈ ਹੀ ਨਹੀਂ ਲੱਗਦਾ, ਹੈਗਾ ਭਾਜੀ? ਲਓ ਵੀ ਦੁੱਗਲ ਭਾਜੀ ਦੀ ਸ਼ੌਪ ਤੇ ਆਏ ਆ, ਭਾਜੀ ਹੈ ਨਹੀਂ ਗਾ ਹਲੇ। ਭਾਜੀ ਕਿੱਥੇ ਆ? ਯਾ ਭਾਈ ਇੱਥੇ ਹੀ ਭਾਜੀ, ਹਲੇ ਉੱਪਰ ਆ? ਨਹੀਂ ਨਹੀਂ ਥੱਲੇ ਹੀ ਆ। ਸੱਦ ਲਓ ਯਾਰ ਥੱਲੇ, ਉੱਪਰ ਜਿੱਤੇ ਵੀ ਆ। ਆ ਗਿਆ ਕਹਿੰਦੇ, ਆ ਗਿਆ ਭਾਜੀ। ਲੈ ਵੀ ਭਾਜੀ ਆ ਗਿਆ, ਕਿੱਥੇ ਆ? ਆ ਜਾਓ ਭਾਜੀ ਆ ਜਾਓ। ਹੋਰ ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ? ਫਿਰ ਮੇਰਾ ਦਿਲ ਤੋਂ ਚਾਹੁਣ ਵਾਲਾ, ਮੈਨੂੰ ਪਿਆਰ ਕਰਨ ਵਾਲਾ 0300 ਵਾਲਾ, ਜੋ ਆਪਣੀ ਟੀਮ ਦੇ ਨਾਲ ਮਨੀ ਐਂਡ ਕੰਪਨੀ, ਵੈਰੀ ਗੁੱਡ ਯਾ ਬ੍ਰੋ, ਯਾ ਬ੍ਰੋ। ਹੋਰ ਭਾਜੀ ਸਿਹਤ ਕਿੱਦਾਂ? ਠੀਕ ਆ? ਬੱਲੇ ਬੱਲੇ ਚੜ੍ਹਦੀ ਕਲਾ, ਕਿੱਦਾਂ ਅੱਜ? ਫਿਰ ਗੋਲਗੱਪੇ ਗਾਣੇ ਤੋਂ ਬੰਦ ਕਰ ਦੋ, ਹੋਰ ਆਪਾਂ ਕਰ ਲਓ ਮੜਾ ਕੇ। ਨਵੀਂ ਸ਼ੋਪ ਤੇ ਲੈ ਕੇ ਚੱਲੇ ਆ, ਕੀ ਭਾਜੀ ਕੀ ਗਲਾਉਣਾ ਫਿਰ?
ਠੀਕ ਹੈ ਜੀ, ਕੋਈ ਕਿਸੇ ਨੂੰ ਨਹੀਂ ਖਿਲਾ ਸਕਦਾ। ਕੀ ਬਾਤ ਹੈ, ਕੋਈ ਕਿਸੇ ਨੂੰ ਖਿਲਾਉਣ ਵਾਲਾ ਹੈਗਾ ਨਾ ਜੀ? ਨਾ ਨਹੀਂ ਹੈਗਾ ਨਾ, ਨਾ ਜੀ ਮੈਂ ਤਾਂ ਕੁੱਕੜ ਆ। ਕੀ ਤੂੰ ਮੇਰੀ ਜਾਨ ਭਾਜੀ ਪਿੱਛੇ ਨਿਕਲਿਆ ਪਿਆ ਸਾਰਾ ਭਾਜੀ ਪਿੱਛੇ ਭਾਜੀ ਉਹ ਭਾਜੀ ਨਿਕਲਿਆ ਪਿਆ ਭਾਜੀ ਕੀ ਆਪਣਾ ਹੀ ਬੰਦਾ ਭਾਜੀ ਜਾਣ ਕੇ ਤੁਹਾਡੇ ਨਾਲ ਪ੍ਰੈਂਕ ਕੀਤਾ, ਇੰਨੀ ਸਾਡੀ ਦਾਲ ਲੱਗ ਗਈ, ਤੁਸੀਂ ਕਹਿੰਦੇ ਸੰਗੀ ਚ ਪੀਲੀ ਦਾਲ ਲਿਆ ਕੇ ਉਹਦੇ ਉੱਤੇ ਮਲੀ ਭਾਜੀ ਭਾਜੀ ਚੱਲ ਦੌੜ ਜਾ ਤੂੰ ਸਭ ਤੋਂ ਪਹਿਲਾਂ ਬੋਣੀ ਤਾਂ ਨਾ ਕੀਤੀ ਮੈਂ ਕਿਹਾ ਹੋਰ ਕਿਤੇ ਨੀ ਜਾਣਾ ਸਭ ਤੋਂ ਪਹਿਲਾਂ ਭਾਜੀ ਕੋ ਜਾ ਕੇ ਆਉਣਾ ਨਾਲ ਹੀ ਪਿੱਛੇ ਦੇਖਿਆ ਕੱਚੇ ਭਾਜੀ ਕੱਚਾ ਹੋ ਗਿਆ ਕਿ ਸਾਲਾ ਲਿਬੜ ਕੇ ਆ ਕਿੱਦਾਂ ਮਿਹਨਤ ਬਹੁਤ ਹੋਈ ਭਾਜੀ ਯਾਰ ਤੁਸੀਂ ਦੋ ਮਿੰਟਾਂ ਚ ਪਰੇ ਹੋ ਗਏ ਦਾਲ ਗਰਮ ਆ ਉਹਦੇ ਪਾਈ ਵਿਚਾਰੇ ਸਾਰਾ ਪਹਿਲੋ ਹੁਣ ਸਾਨੂੰ ਅਖਬਾਰ ਦੇ ਦੇ ਉਹਨੂੰ ਗੱਡੀ ਚ ਵੀ ਬਿਠਾਉਣਾ ਆ ਡਾਈਪਰ ਲਿਆ ਕੇ ਦਿਓ ਓਏ ਚਲੋ ਆ ਜਾਓ ਚਾਹ ਪੀਏ ਭਾਜੀ ਨਾ ਅਖਬਾਰ ਦੇ ਦੋ ਇੱਥੇ ਕੁਰਸੀ ਤੇ ਬਿਠਾਉਣਾ ਵੀ ਹੈ ਵਿਚਾਰਾ ਆਹ ਕਿਹੜੀ ਗੱਲ ਹੋਈ ਭਾਜੀ ਉਹਨੂੰ ਲੈ ਕੇ ਤਾਂ ਲੈ ਕੇ ਉਹ ਤਾਂ ਲੈ ਕੇ ਲੈ ਕੇ ਭਾਜੀ ਉਹ ਤਾਂ ਦਾਲ ਹੀ ਆ ਯਾ ਯਾਰ ਭਾਜੀ ਯਾਰ ਤੂੰ ਅੱਜ ਕਮਾਲ ਕਰਦੀ ਯਾਰ ਅੱਜ ਵੀ ਯਾਰ ਤੂੰ ਅੱਜ ਕਮਾਲ ਕਰਦੀ ਯਾਰ ਭਾਜੀ ਨਹੀਂ ਉਹਦੇ ਨਾ ਅਸੀਂ ਇੱਥੇ ਬਾਹਰ ਕਰਨ ਡੇ ਨਾ ਦਾਲ ਪਾਉਣ ਡੇ ਤੱਤੀ ਤੱਤੀ ਪੈ ਗਈ ਚੀਕਾਂ ਮਾਰੀ ਤਾਂ ਤੂੰ ਡਰਦਾ ਵਾ ਉਹੀ ਕਹਿੰਦਾ ਮੈਂ ਭੱਜ ਗਿਆ ਹਾਂਜੀ ਗੱਲ ਪਤਾ ਕੀ ਅੱਜ ਤੂੰ ਨੇਲੇ ਤੋਂ ਦਿਲਾ ਮਾਰ ਗਿਆ ਉਹ ਆਇਆ ਹੀ ਤਿਆਰੀ ਬਹੁਤ ਅੱਛੀ ਆ ਆਇਆ ਪੀਜ ਕਿੱਥੇ ਆ ਆਇਆ ਯਾਰ ਆਇਆ ਮੁੰਡੇ ਵਿਚਾਰੇ ਕਰਦੇ ਤਿਆਰ ਹੋਣ ਡੇ ਭਾਜੀ ਕੋ ਜਾਣਾ ਆਇਆ ਆਪਣ ਦੋਸਤ ਆ ਭਾਜੀ ਅਖਬਾਰ ਲਿਆ ਕੇ ਦੋ ਬੈਠਣ ਨੂੰ ਸਾਨੂੰ ਨਾਲੇ ਚਾਰ ਕੱਪ ਚਾਰ ਕੱਪ ਨਾਲੇ ਚਾਰ ਕੱਪ ਚਾਹ ਮੰਗਾਓ ਭਾਜੀ ਵੀਰੇ ਅਖਬਾਰ ਲਿਆ ਵਧੀਆ ਬਹੁਤ ਘੈਂਟ ਸੀ ਸਹੀ ਸੀ ਭਾਜੀ ਤਾਂ ਦੌੜ ਗਿਆ ਅੰਦਰ ਨੂੰ ਲੈ ਵੀ ਮਿੱਤਰੋ ਇੱਥੇ ਹੁਣ ਹੋ ਗਿਆ ਵਿਹਲੇ ਅਤੇ ਕੌਫੀ ਕੁਫੀ ਪੀ ਕੇ ਹਟੇ ਅਤੇ ਮੈਮ ਤੁਹਾਡੀਆਂ ਸੀਟਾਂ ਲਪੇਟਤੀਆਂ ਗੁੱਸਾ ਨਹੀਂ ਕਰਨਾ ਜਗਦਾ ਹੀ ਨਹੀਂ ਮੁੰਡਾ ਤੁਰਿਆ ਕਿੱਦਾਂ ਜਾਂਦਾ ਜੇ ਦਾਲ ਸਬਜ਼ੀ ਉਹਨੂੰ ਦੱਸਣਾ ਕਹਿੰਦੇ ਮੁੰਡਾ ਸੰਗ ਲਾ ਕੇ ਏਦਾਂ ਦਾ ਸਾਰਾ ਇੰਨੇ ਜਾਣੇ ਤੁਰਿਆ ਫਾਇਦਾ ਕਮਾ ਲਈ ਆ
ਘੁੰਮਦੇ ਘੁੰਮਦੇ ਫਿਰ ਇੱਧਰ ਪਿੰਡ ਵੱਲ ਚੱਲੇ ਸੀਗੇ ਅਤੇ ਮੈਂ ਕਿਹਾ ਨਹੀਂ ਰਾਸਤੇ ਵਿੱਚ ਮੜ ਕੇ ਇੱਕ ਉਹ ਕਰ ਲਈਏ, ਇੱਕ ਵਾਰ ਫਿਰ ਚੈੱਕ ਕਰ ਲਈਏ ਕਿ ਜਦੋਂ ਨਾ ਬੰਦਾ ਡਿੱਗਦਾ ਆ ਕੋਈ ਹੈਲਪ ਕਰਨ ਆਉਂਦਾ ਕਿ ਨਹੀਂ ਆਉਂਦਾ, ਹੈ ਨਾ। ਜੇ ਆਉਂਦਾ ਤਾਂ ਬਹੁਤ ਵਧੀਆ ਗੱਲ ਆ। ਅਤੇ ਉੱਥੇ ਖੜ੍ਹੇ ਆ ਬੰਦੇ, ਪ੍ਰਵਾਸੀ ਮਜ਼ਦੂਰ ਖੜ੍ਹੇ ਮੈਨੂੰ ਲੱਗਦਾ। ਅਤੇ ਜੇ ਇਹਨਾਂ ਨੇ ਹੈਲਪ ਕੀਤੀ ਤਾਂ ਇਹਨਾਂ ਨੂੰ ਥੋੜ੍ਹਾ ਆਪਣੇ ਵੱਲੋਂ ਇਨਾਮ ਦੇਵਾਂਗੇ ਜ਼ਰੂਰ। ਕੀ ਆ ਖਾਣ ਨੂੰ? ਉਹਨੂੰ ਕੀ ਹੋਇਆ? ਆਹ ਕੌਣ ਆ? ਆ ਬੰਦਾ ਲੰਮਾ ਪਿਆ ਸ਼ਰਾਬੀ ਹੈ? ਓਏ ਦਾਰੂ ਪੀਤੀ ਹੈ? ਉਸਤਾਦ ਕਹਾਂ ਦੇ ਆਇਆ ਹੈ? ਇਹ ਕਿੱਧਰ ਸੇ ਆ? ਉਹ ਹੈ ਕੋਈ ਸ਼ਰਾਬੀ ਹੈ? ਵਿਚਾਰਾ ਡਿੱਗਿਆ, ਉੱਥੇ ਕੋਈ ਉਠਾਉਣ ਨਹੀਂ ਗਿਆ। ਮਨੀ ਨੇ ਕਿਹਾ ਕਿ ਉਠਾਲੋ ਉਠਾਲੋ, ਫਿਰ ਉਠਾਉਣ ਗਏ, ਉਹਨਾਂ ਨੇ ਉਠਾਲਿਆ ਹੀ। ਕੀ ਹੋਇਆ ਬਈ ਜੱਸੇ? ਮੈਨੂੰ ਦੱਸ ਤਾਰ ਮਿਰਗੀ ਪੈ ਗਈ। ਮੈਂ ਉੱਥੇ ਦੌਰਾ ਕਰਦਾ, ਮੈਂ ਕਿਹਾ ਆਊਗਾ ਉਠਾਲਾ ਕੋਈ ਆਇਆ ਨੀ। ਪਾਪਾ ਵੀ ਉਦੀ ਖੜਾ ਰਿਹਾ, ਉਹਨੂੰ ਮੈਂ ਫਲੇਵਰ ਕੌਣ? ਪਾਪਾ ਮਤਲਬ ਤੇਰਾ ਪਾਪਾ? ਉੱਥੇ ਭਾਜੀ ਕੋਈ ਹੈ ਨੀ, ਇੱਥੇ। ਅੱਛਾ ਅੱਛਾ ਅੱਛਾ, ਓਕੇ ਸੋਰੀ ਸੋਰੀ ਸੋਰੀ। ਜਾ ਮੇਰਾ ਪੁੱਤ, ਜਾ ਉਹ ਵਾਲਿਆਂ ਦੇ ਚੱਲ ਜਾ। ਪੈਗ ਪੁੱਗ ਲੱਗਾ ਉਹ ਸੈੱਟ ਆ ਤੂੰ? ਹੈ ਸੈੱਟ ਆ ਤੂੰ? ਪਾਣੀ ਪਾਣੀ ਕਿੱਥੋਂ ਆ? ਕੀ ਨਾ ਤੇਰਾ?
ਬੜੀ ਬੜੀ ਉਧਰ ਮਾਮੇ ਵੀ ਆ ਟਿਕਾਣੇ ਦੇ ਲੈ ਜੀ ਡਰਦੇ ਨੀ ਲੋਕੀ ਚੱਕਦੇ ਗੱਭਰੂ ਨੇ ਜਿੰਦਗੀ ਚ ਕੀ ਕੁਛ ਵੀ ਰੇੜੇ ਉਹਨਾਂ ਨੇ ਹੱਥ ਨੀ ਪਾਇਆ ਅਮਲੀ ਸ਼ਰਾਬੀ ਇੰਨੀ ਕੁੱਤੇ ਖਾਣੀ ਰੱਬ ਕਿਸੇ ਜੀ ਨਾ ਕਰਾ ਗੁੱਸਾ ਨੀ ਆਉਂਦਾ ਦੱਸੇ ਫਨ ਆਲਾ ਬਲੌਗ ਆ ਵਧੀਆ ਲੋਕਾਂ ਨੂੰ ਵਧੀਆ ਪਸੰਦ ਆਊ ਬੇਇੱਜ਼ਤੀ ਪੰਜਾਬੀ ਨਾ ਕਿਤੇ ਬਾਹਰਲੇ ਬੰਦੇ ਕਿਤੇ ਗਏ ਹੁਣ ਡਿਗਣ ਜਿਵੇਂ ਚੌਲ ਹਸਪਤਾਲ ਲੈ ਜਾਣ ਕਿਤੇ ਖਰਚਾ ਵੀ ਕੋਲੋਂ ਕਰਨਗੇ ਇਹਨਾਂ ਨੇ ਚੱਕਿਆ ਵੀ ਨੀ ਬਹੁਤ ਚਿਰ ਲੜਦਾ ਰਿਹਾ ਕਮਲ ਜਿਦਾਂ ਮੱਛੀ ਪਾਣੀ ਪਹਿਲਾਂ ਨੀ ਤੜਪਦੀ ਓਦਾਂ ਤੜਪਦਾ ਈ ਉਹਨਾਂ ਨੇ ਹੱਥ ਹੀ ਨੀ ਪਾਇਆ ਲੰਘਦੇ ਰਹੇ ਕੋਲ ਚੱਲ ਜਲੰਧਰ ਹਾਈ ਟੂ ਦੇ ਗੇਟ ਚ ਜਾਣਾ ਆਪਾਂ ਉੱਥੇ ਕੰਮ ਹਲੇ ਚੱਲਦਾ ਹੀ ਰਹੂਗਾ ਉੱਥੇ ਨਾ ਜੱਸੇ ਮਾੜੀ ਦਾਲ ਤੇਰੇ ਹੋਰ ਡੋਲ ਦਈਏ ਤੇ ਹੁਣ ਤੂੰ ਉੱਥੇ ਪੁੱਛਣਾ ਜਾ ਕੇ ਕਿ ਪਹਿਲਾਂ ਉਹਨੂੰ ਝਾੜ ਝੂੜ ਦੋ ਯਾਰ ਲੱਗਣ ਅਮਲੀ ਜਿਹਾ ਲਾ ਪਿਆ ਬਹੁਤ ਜ਼ਿਆਦਾ ਅਖਬਾਰ ਰੱਖ ਕੇ ਬੈਠਾ ਨਾ ਤੇ ਮਾੜਾ ਕਿ ਜੋ ਵੀ ਆ ਸਬਜ਼ੀ ਦਾਲ ਕੀ ਆ ਰੀਣਕ ਦਰੀਣਕ ਲਾ ਕੇ ਹੈਨਾ ਤੇ ਉੱਥੇ ਜਾ ਕੇ ਨਾ ਪਹਿਲਾਂ ਇੱਥੇ ਜਾ ਕੇ ਡੋਲ ਮਾੜਾ ਕਿ ਲਾ ਦਿਓ ਇਹਦੇ ਉਹਨੂੰ ਪਜਾਮੇ ਨੂੰ ਫਿਰ ਉੱਥੇ ਜਾ ਕੇ ਦੇਖਦੇ ਹਾਂ ਕੀ ਰਿਐਕਸ਼ਨ ਆਉਂਦੇ ਆ ਰਿਐਕਸ਼ਨ ਓਕੇ ਬ్రో ਜੇ ਐਤਕੀ ਮੈਂ ਜੱਕਿਆ ਤਾਂ ਮੈਂ ਦੱਸ ਦੇਣਾ ਮੈਂ ਤੁਰ ਕੇ ਪਿੰਡ ਨੂੰ ਤੂੰ ਡਿੱਗਣਾ ਥੋੜੋ ਹੱਲੇ ਯਾਰ ਹੱਲੇ ਤਾਂ ਤੂੰ ਕੀ ਦਾ ਭਰਾ ਵੇ ਅਸੀਂ ਵੀ ਨਹੀਂ ਚੱਕਣ ਵਾਲਾ ਵਾਸ਼ਰੂਮ ਪੁੱਛਣਾ ਇਹ ਉਹਦੀ ਪੈਂਟ ਪੈਂਟ ਕੀ ਕਹਿ ਤਾ ਪਜਾਮਾ ਉਹਦਾ ਫਿਰ ਮਾੜਾ ਪੀਲਾ ਕਰਦੇ ਹੋਏ ਦੇਖਦੇ ਹਾਂ ਕੀ ਬਣਦਾ ਜਿਆਦਾ ਨਾ ਡੋਲੀ ਸਾੜਾ ਰੋਟੀ ਵੀ ਖਾਣੀ ਘਰੇ ਜਾ ਕੇ ਬੈਚ ਨਾ ਡੋਲ ਓਏ ਬੈਚ ਨਾ ਡੋਲ ਆਹ ਕੀ ਚਲਾਕੀਆਂ ਆਈਆਂ ਕਰਦਾ ਮਨੀ ਫਿਰ ਇਹ ਇਹ ਚਤਰ ਚਲਾਕੀਆਂ ਨਾ ਕਰਿਆ ਕਰ ਖਰਾਬ ਵੀ ਨਾ ਕਰਿਆ ਕਰ
ਓਕੇ ਭਾਜੀ। ਸਰ ਬਾਥਰੂਮ ਭਾਜੀ ਕਿੱਥੇ ਆ? ਬਾਥਰੂਮ ਭਾਜੀ ਕਿੱਥੇ? ਬਾਥਰੂਮ ਇੱਥੇ ਹੋਰ ਕਿਤੇ ਹੈ ਨੀ ਯਾਰ, ਅੰਦਰ ਤਾਂ ਜਾਣ ਨੀ ਦਿੰਦੇ ਹੈਗੇ, ਹੋਰ ਕਿਤੇ ਹੈਗਾ ਬਾਥਰੂਮ? ਬਾਥਰੂਮ ਭਾਜੀ ਕਿੱਥੇ ਯਾਰ? ਪਰ ਬਾਥਰੂਮ ਬੂਥਰੂਮ ਇੱਥੇ ਕਿੱਥੇ ਆ ਯਾਰ? ਬਾਥਰੂਮ ਯਾਰ ਕਿੱਥੇ ਆ? ਢਿੱਡ ਬੜਾ ਦੁਖਦਾ ਆ। ਤੂੰ ਹੀ ਦੱਸਿਆ ਨੀ ਯਾਰ ਬਾਥਰੂਮ ਕਿੱਥੇ ਆ ਭਾਈ? ਬਾਥਰੂਮ ਸ਼ੁਗਰ ਨੇ ਬਹਿਣਾ ਆ ਹੁਣ ਵੀ ਦੋ ਦੋ ਤਿੰਨ ਨਿਕਲ ਗਈ ਸੀ ਨਾ ਉਹਨਾਂ ਨੇ ਦੇਤੀ ਬੰਦੇ ਵਧੀਆ ਯਾਰ ਇੰਨਾ ਵੀ ਕੀ ਜਿਹੜਾ ਵਿੱਚ ਹੀ ਕਰਤੀ ਕਰਾ ਲਓ ਡਰਾਈ ਕਲੀਨ ਕੁਰਸੀ ਨਾ ਵਿੱਚ ਬੋ ਆਉਂਦੀ ਰਹਿਣੀ ਤੁਹਾਨੂੰ ਲਓ ਵੀ ਮਿੱਤਰੋ ਘੁੰਮ ਘੁੰਮਾ ਕੇ ਹੁਣ ਪਿੰਡ ਚ ਫੁੱਲੜੀ ਵਾਲੇ ਚ ਪਹੁੰਚ ਚੱਲੇ ਆ। ਹੋਪ ਆ ਕਿ ਤੁਹਾਨੂੰ ਵਧੀਆ ਲੱਗਾ ਹੋਊਗਾ ਪ੍ਰੈਂਕ ਜਿਹਾ ਜੋ ਵੀ ਕਹਿ ਸਕਦੇ ਬਲੌਗ, ਅਤੇ ਬਾਕੀ ਜਿਹੜਾ ਆਈਫੋਨ ਪਹਿਲੋਂ ਆਪਾਂ ਦੇਣਾ ਸੀ 14 Pro Max ਹੈ ਨਾ, ਅਤੇ 14 Pro Max ਆਉਣੋਂ ਹਟ ਗਿਆ, ਅਤੇ ਹੁਣ ਜਿੱਦਾਂ ਕਿ ਦੱਸਣਾ ਚਾਹੁੰਦਾ ਹੈ 15 Pro ਦੇਣਾ ਹੈ, 15 Pro ਠੀਕ ਹੈ ਜੀ, ਕਿਉਂਕਿ ਨਵਾਂ ਹੀ ਕਿਆ ਬਾਤ ਹੈ ਉੱਪਰ ਹੋ ਗਿਆ ਉਦੋਂ, ਅਤੇ ਤਿਆਰ ਰਹੋ। 5 ਜਣੇ ਚੁਣੇ ਆ ਠੀਕ ਹੈ ਜੀ, ਉਹਨਾਂ ਦੇ ਨਾਮ ਇੱਦਾਂ ਪਾ ਕੇ ਮੈਨੂੰ ਹੁਣ ਦੇਸੀ ਤਰੀਕਾ ਦੱਸ ਦਿੰਦਾ, ਜਿਹੜੇ ਕਮੈਂਟਾਂ 'ਚੋਂ 5 ਨਾਮ ਚੁਣ ਲਏ ਆ ਅਤੇ ਉਹਨਾਂ ਦੇ ਨਾ ਪਾ ਕੇ ਨਾਮ ਇੱਦਾਂ, ਜਿਹਦਾ ਨਿਕਲ ਗਿਆ ਅਜੂਨੀ ਤੋਂ ਚੁਕਾ ਦੇਣਾ ਉਹਦਾ ਆਈਫੋਨ। ਜੁੜੇ ਰਹੋ, ਬਲੌਗ ਦੇਖਦੇ ਰਹੋ, ਇਸ ਬਲੌਗ 'ਚ ਜਾਂ ਅਗਲੇ ਬਲੌਗ 'ਚ 15 Pro ਤੁਹਾਨੂੰ ਮਿਲ ਜਾਊਗਾ, ਭਾਵੇਂ ਘਰ ਜਾ ਕੇ ਦੇਣਾ ਪਵੇ, ਪਰ ਜੇ ਫਾਇਦਾ ਤਾਂ ਹੀ ਹੈ ਜੇ ਘਰ ਜਾ ਕੇ ਦਿੱਤਾ, ਸਾਡਾ ਬਲੌਗ ਵੀ ਬਣ ਜਾਊਗਾ। ਅਤੇ ਇਹ ਵੀ ਦੱਸਿਓ ਕਿੱਦਾਂ ਦਾ ਲੱਗਾ ਅੱਜ ਦਾ ਬਲੌਗ, ਜੇ ਨਹੀਂ ਵਧੀਆ ਲੱਗਾ ਬੇਝਿਜਕ ਦੱਸ ਦਿਓ, ਜੇ ਵਧੀਆ ਲੱਗਾ ਫਿਰ ਵੀ ਦੱਸਿਓ, ਹੈ ਨਾ। ਬਾਕੀ ਇਹਦੇ ਪਿੰਡ ਪਹੁੰਚੇ ਹਾਂ, ਪਿੰਡ ਵੀ ਕਰਦੇ ਜਾਂਦੇ ਹਾਂ ਥੋੜ੍ਹਾ ਜਿਹਾ। ਕਹਿੰਦਾ ਪਿੰਡ ਫੁੱਲੜੀ ਵਾਲੇ ਦੀ ਇਹ ਪਛਾਣ ਪੜ੍ਹਿਆ ਲਿਖਿਆ ਹਰਨਸਤਾਨ ਨਸ਼ੇ ਪੱਤੇ ਤੋਂ ਰਹਿਤ ਇਲਾਕਾ, ਅਮੀ ਦੇਖਣੇ ਤੂੰ ਮੇਰੇ ਹਾਣੀ ਆ। ਸਾਡੇ ਪਿੰਡ ਮੇਲਾ ਲੱਗਦਾ, ਮੇਲਾ ਹੱਥ ਨੂੰ ਠੇਕੇ ਦੇ ਮੂਹਰੇ ਲੱਗਦਾ, ਤਾਂ ਠੇਕਾ ਉੱਧਰ ਆ ਅਤੇ ਆਪਾਂ ਦੂਜੇ ਪਾਸੇ ਦੀ ਆ ਗਏ ਹਾਂ, ਅਤੇ ਬਲੌਗ ਵੀ ਬਹੁਤ ਘਟਾਏ ਹੋਏ ਆ,
ਤੇ ਹੁਣ ਮੈਂ ਸੋਚਿਆ ਪਾਇਆ ਕਰੀਏ। ਉਹ ਸਾਹਮਣੇ ਦੁਕਾਨ ਆ, ਠੀਕ ਆ, ਸਾਹਮਣੇ ਦੁਕਾਨ ਤੇ ਉਹਨਾਂ ਨੂੰ ਵਾਸ਼ਰੂਮ ਪੁੱਛਣਾ। ਜਾ ਵੀ ਜਾ, ਮਾਈਕ ਲੈ ਲਾ, ਮਾਈਕ ਲੈ ਲਾ, ਜਾ ਅਗਲੀ ਦੁਕਾਨ ਆ, ਅਗਲੀ ਦੁਕਾਨ ਤੇ ਜਾ, ਅਗਲੀ ਦੁਕਾਨ ਤੇ ਤੂੰ ਮੈਂ ਇਕਲਾ ਅਕਲ ਬਾਤ ਦੇਖੀ। ਬਾਥਰੂਮ ਹੈਗਾ ਯਾਰ ਇੱਥੇ, ਕਿਤੇ ਬਾਥਰੂਮ ਹੈ। ਭਾਜੀ ਬਾਥਰੂਮ ਜਾਣਾ ਸੀ ਭਾਜੀ। ਵੀ ਇੱਕ ਗੱਲ ਹੈ, ਜੋ ਮਰਜ਼ੀ ਆ ਐਂ ਦੱਸਿਆ ਸਿਰਾ ਲਾ ਤਾ ਯਾਰ। ਥੈਂਕ ਯੂ ਭਾਜੀ, ਸੱਚੀ ਗੱਲ ਹੈ ਸਿਰਾ ਲਾ ਤਾ, ਕਿਉਂਕਿ ਆਹ ਕੰਮ ਕਰਨਾ ਬਹੁਤ ਔਖਾ ਯਾਰ। ਸਾਰੇ ਸ਼ਹਿਰ 'ਚ ਪਜਾਮਾ ਇਹੀ ਪਾਈ ਰੱਖਿਆ ਮੁੰਡੇ ਨੇ, ਬਹੁਤ ਔਖਾ, ਕੋਈ ਕਰ ਨਹੀਂ ਸਕਦਾ, ਨਹੀਂ ਕਰ ਸਕਦਾ। ਸਿਰਾ ਲਾ ਤਾ ਯਾਰ, ਬਹੁਤ ਸ਼ਰਮ ਮੰਨਣਾ ਕਿਸੇ ਨੇ ਕੁਛ ਕਰਨਾ ਹੈ ਨਾ। ਤੂੰ ਤਾਂ ਤਕਰਾਤੀ, ਬਾਕੀ ਤੈਨੂੰ ਪਤਾ ਇਸ ਕੰਧ ਤੇ ਨਾ, ਆਹ ਜਿਹੜੀ ਕੰਧ ਹੈ ਸਾਹਮਣੇ, ਆਹ ਦੇਖ ਲੈ ਮੋੜ ਯਾਰ, ਇੱਥੇ ਇਸ਼ਤੀਰ ਲਗਾਉਣਾ ਮੈਂ ਨਾ ਇਹ, ਠੀਕ ਹੈ, ਇੱਥੇ ਭੁੱਲ ਕੇ ਵੀ ਇਸ਼ਤੀਰ ਨਾ ਲਗਾ ਦਿਓ, ਇਸ਼ਤਿਹਾਰ ਜਿੰਨੇ ਮਰਜ਼ੀ ਲਗਾਓ, ਭਾਵੇਂ ਕੰਧ ਰਗੜ ਦਿਓ, ਇਸ਼ਤੀਰ ਨਾ ਲਗਾਓ।